ਆਪਣਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ ਅੱਜ ਫੇਰ ਤੁਹਾਡੇ ਰੂਬਰੂ ਹੋਏ ਹਾਂ। ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਆਏ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ, ਜਿਹੜੇ ਇੱਕ ਪੰਜਾਬੀ ਮੇਲਾ ਔਰਗੇਨਾਈਜ਼ ਕਰ ਰਹੇ ਨੇ। ਔਰ ਚੰਗੀ ਗੱਲ ਹੈ ਜੀ, ਜਦੋਂ ਸਾਡੇ ਪੰਜਾਬੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਸੱਭਿਆਚਾਰਕ ਪ੍ਰੋਗਰਾਮ ਔਰਗੇਨਾਈਜ਼ ਕਰਦੇ ਨੇ। ਸੋ ਸਾਡੇ ਨਾਲ ਸਟੂਡੀਓ 'ਚ ਨੇ ਹਰਜੋਤ ਸਿੰਘ ਸੰਧੂ ਜੀ, ਨਾਲ ਨੇ ਉਹਨਾਂ ਦੇ ਬਲਜਿੰਦਰ ਕੌਰ ਰਿੰਪੀ। ਹਾਂਜੀ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਜੀ, ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਦੇ ਵਿੱਚ ਖਾਸ ਕਰਕੇ ਪਹੁੰਚੇ ਹੋ ਔਰ ਤੁਸੀਂ ਜਿਹੜੀ ਆਪਣੀ ਉੱਥੇ ਇੱਕ ਪਰਫਾਰਮੈਂਸ ਦੇਣੀ ਹੈ, ਤੁਹਾਡੀ ਆਵਾਜ਼ ਬੜੀ ਵਧੀਆ ਆ, ਔਰ ਤੁਸੀਂ ਇਸ ਮੇਲੇ ਨੂੰ ਲੈ ਕੇ ਕਿੰਨਾ ਕੁ ਐਕਸਾਈਟਡ ਹੋ ਜੀ? ਬਹੁਤ ਐਕਸਾਈਟਡ ਆ ਜੀ। ਪਲ ਵਿੱਚ ਫਰਸ਼ੋਂ ਅਰਸ਼ ਪੁਜਾਵੇ ਸਾਹਿਬ ਹੱਥ ਵਡਿਆਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ, ਮਿਲਦੀਆਂ ਰਹਿਣ ਵਧਾਈਆਂ। ਆਪਣਾ ਟੀਵੀ ਦੇਖ ਰਹੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣ ਕੇ ਬਲਜਿੰਦਰ ਰਿੰਪੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਬਹੁਤ ਵਧੀਆ ਲੱਗਾ ਜੀ। ਤੁਹਾਡੇ ਜਿਹੜੇ ਅਲਫਾਜ਼ ਨੇ, ਜਿਹੜਾ ਤੁਹਾਡਾ ਅੰਦਾਜ਼ ਆ, ਬੜਾ ਵਧੀਆ, ਬੜਾ ਯੂਨੀਕ ਜਿਹਾ ਆ। ਔਰ ਜਦੋਂ ਅਸੀਂ ਕਹਿੰਦੇ ਕਿ ਪੰਜਾਬਣ ਸਾਡੀਆਂ ਕੁੜੀਆਂ ਮੇਲਿਆਂ ਦੇ ਵਿੱਚ ਆਉਂਦੀਆਂ ਨੇ, ਗੀਤ ਸੰਗੀਤ ਦੇ ਵਿੱਚ ਆਉਂਦੀਆਂ ਨੇ, ਉਦੋਂ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਧੀਆਂ ਵੀ ਕਿਸੇ ਕੰਮ 'ਚ ਕਿਸੇ ਪਾਸਿਓਂ ਘੱਟ ਨਹੀਂ। ਅੱਜ ਕੱਲ੍ਹ ਤਾਂ ਮੁੰਡਿਆਂ ਦੇ ਬਰਾਬਰ ਆ ਜੀ, ਧੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਜੀ। ਬਿਲਕੁਲ ਜੀ। ਔਰ ਹਰਜੋਤ ਜੀ, ਜਦੋਂ ਅਸੀਂ ਮੇਲਿਆਂ ਦੀ ਗੱਲ ਕਰਦੇ ਹਾਂ, ਮੇਲੇ ਔਰਗੇਨਾਈਜ਼ ਕਰਨੇ ਆ, ਔਰ ਤੁਸੀਂ ਸਾਨੂੰ ਆਪਣੇ ਬਾਰੇ ਪਹਿਲਾਂ ਥੋੜ੍ਹਾ ਜਿਹਾ ਦੱਸੋ ਕਿ ਇਸ ਮੇਲੇ ਵਿੱਚ ਤੁਹਾਡਾ ਕੀ ਰੋਲ ਹੈ ਜੀ? ਮੈਨੂੰ ਜੀ ਆਪਣੇ ਕਲੱਬ ਵੱਲੋਂ ਸੀ, ਬੈਲੀ ਜਨਰੇਟਰ ਕਲਚਰ ਕਲੱਬ ਵੱਲੋਂ ਮੇਲਾ ਕਰਾ ਰਹੇ, ਜਿਹਦੇ ਵਿੱਚ ਮੇਰਾ ਰੋਲ ਹੈਗਾ ਆਪਣੇ ਪ੍ਰੈਜ਼ੀਡੈਂਟ ਦਾ ਜੀ, ਅਤੇ ਜਿਹਦੇ ਵਿੱਚ ਸਾਡੀ ਟੀਮ ਆ 100-150 ਮੁੰਡੇ ਵਲੰਟੀਅਰ ਹੀ ਆ, ਇੱਕ ਤਰ੍ਹਾਂ ਦਾ ਫਰੈਂਡ ਸਰਕਲ ਆ। ਅਸੀਂ ਉਹ ਇਕੱਠੇ ਹੋ ਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਜਾਗਰੂਕ ਕਰਨ ਲਈ, ਅਗਾਂਹ ਨਵੀਂ ਜਨਰੇਸ਼ਨ ਲਈ ਅਸੀਂ ਇਹ ਮੇਲਾ ਐਪਸਪੋਰਟ ਵੇਖੇ ਰੋਟਰੀ ਸਟੇਡੀਅਮ ਵਿੱਚ ਇਹ ਲੀਕਿਆ ਜੀ। ਔਰ ਪਹਿਲਾ ਮੇਲਾ ਤੁਹਾਡਾ ਜਾਂ ਪਹਿਲਾਂ ਵੀ ਤੁਸੀਂ ਕਦੀ ਮੇਲੇ ਕਰਵਾਏ ਨੇ? ਹਾਂਜੀ, ਅਸੀਂ ਪਹਿਲਾਂ ਵੀ ਮੇਲੇ ਕਰਵਾਏ ਨੇ, ਫਿਰ ਥੋੜ੍ਹਾ ਜਿਹਾ ਕੋਈ ਕਾਰਨ ਕਰਕੇ ਸਾਡਾ ਗੈਪ ਪੈ ਗਿਆ ਸੀਗਾ 4-5 ਸਾਲ ਦਾ, ਉਦੋਂ ਬਾਅਦ ਸਾਡਾ ਇਹ ਜਾਣੀ ਕਿ ਪਹਿਲਾ ਮੇਲਾ ਹੀ ਆ ਹੁਣ ਜੀ। ਔਰ ਤਿਆਰੀਆਂ ਇਹਦੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ? ਹਾਂਜੀ, ਫਿਲਹਾਲ ਤਾਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਜੀ। ਔਰ ਜਿਹੜੇ ਆਰਟਿਸਟ ਆ, ਤੁਸੀਂ ਲੋਕਲ ਆਰਟਿਸਟ ਦੇ ਨਾਲ ਨਾਲ ਪੰਜਾਬ ਤੋਂ ਵੀ ਬੜੇ ਆਰਟਿਸਟ ਬੁਲਾਏ ਨੇ, ਥੋੜ੍ਹਾ ਜਿਹਾ ਸਾਨੂੰ ਉਹਨਾਂ ਬਾਰੇ ਵੀ ਦੱਸੋਗੇ ਜੀ? ਹਾਂਜੀ, ਆਪਣੇ ਲੋਕਲ ਹੈਗੇ ਨੇ ਜੀ, ਬਾਕੀ ਇੰਡੀਆ ਤੋਂ ਅਸੀਂ ਮੰਗਾਏ ਨੇ ਜੀ, ਆਪਣੇ ਕਰਤਾਰ ਰਮਲਾ ਜੀ ਨੇ ਜੀ, ਅਤੇ ਹੋਰ ਆਪਣੇ ਕਲਾਕਾਰ ਹੈਗੇ ਨੇ, ਅਤੇ ਵਿੱਚ ਥੋੜ੍ਹਾ ਜਿਹਾ ਸਾਡਾ ਚੱਲਦਾ ਵਾ, ਜਾਣੀ ਕਿ ਕੱਲ੍ਹ ਪਰਸੋਂ ਤੱਕ ਡਿਕਲੇਅਰ ਹੋ ਜੂਗਾ ਜੀ, ਅਤੇ ਗਗਨ ਕੋਕਰੀ, ਅਤੇ ਆਪਣੇ ਸੁਖਦੀਪ ਗਰੇਵਾਲ, ਅਤੇ ਜੋਤੀ ਬਿਰਕ, ਅਤੇ ਮੇਰੇ ਨਾਲ ਬੈਠੇ ਆ ਭੈਣ ਜੀ, ਅਤੇ ਹੋਰ ਆਪਣੇ ਬਹੁਤ ਕਲਾਕਾਰ ਨੇ ਜੀ। ਔਰ ਅਸੀਂ ਸੁਣਿਆ ਇਹ ਵੀ ਕਿ ਤੁਸੀਂ ਉੱਥੇ ਬਜ਼ੁਰਗਾਂ ਦੀਆਂ ਅਤੇ ਨਾਲ ਦੀ ਨਾਲ ਕਿਡਜ਼ ਪਲੇ, ਜਿਹੜਾ ਕੱਲ੍ਹ ਤੋਂ ਸਾਂਝ ਹੋਣੀ ਇੱਕ ਕੈਂਪ ਰਨ ਕਰਦੇ ਨੇ ਕਿਡਜ਼ ਪਲੇ, ਤੁਸੀਂ ਉਹਨਾਂ ਨੂੰ ਵੀ ਮੌਕਾ ਦੇ ਰਹੇ ਹੋ ਇਸ ਮੇਲੇ 'ਤੇ? ਹਾਂਜੀ, ਅਸੀਂ ਉਹਨਾਂ ਨੂੰ ਵੀ ਮੌਕਾ ਦੇ ਰਹੇ ਹਾਂ ਜੀ। ਸਵੇਰੇ ਮੋਰਨਿੰਗ ਟਾਈਮ ਉਹਨਾਂ ਨੇ ਸ਼ੁਰੂਆਤ ਉਦਘਾਟਨ ਕੈਲ ਦਸਾਂਝ ਉਹਨਾਂ ਨੇ ਕਰਨਾ ਵਾ ਜੀ, ਉਹਨਾਂ ਨੇ ਬਜ਼ੁਰਗਾਂ ਦੀਆਂ ਦੌੜਾਂ ਅਤੇ ਬੱਚਿਆਂ ਦੀਆਂ ਦੌੜਾਂ ਕਰਵਾਉਣੀਆਂ ਨੇ, ਅਤੇ ਉਹਦੇ ਵਿੱਚ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਲਈ ਡਰਾ ਵੀ ਕੱਢਣੇ ਨੇ ਜੀ। ਔਰ ਜਦੋਂ ਅਸੀਂ ਮੇਲਿਆਂ ਦੀ ਹਰਜੋਤ ਜੀ ਗੱਲ ਕਰਦੇ ਹਾਂ ਕਿ ਮੇਲੇ ਹੁੰਦੇ ਨੇ, ਮੇਲੇ ਬੜੇ ਹੁੰਦੇ ਨੇ, ਇਹਨਾਂ ਮੇਲਿਆਂ ਨੂੰ ਔਰਗੇਨਾਈਜ਼ ਕਰਨਾ, ਕੰਮਾਂ ਤੋਂ ਟਾਈਮ ਕੱਢਣਾ ਆਪਣਾ, ਕਿਉਂਕਿ ਸਾਰੇ ਇੱਥੇ ਕੰਮਾਂ ਕਾਰਾਂ 'ਚ ਬੜੇ ਵਿਅਸਤ ਰਹਿੰਦੇ ਨੇ, ਕੰਮਾਂ ਕਾਰਾਂ 'ਚੋਂ ਟਾਈਮ ਕੱਢ ਕੇ ਮੇਲੇ ਔਰਗੇਨਾਈਜ਼ ਕਰਨੇ, ਅਤੇ ਤੁਹਾਨੂੰ ਕਮਿਊਨਿਟੀ ਦਾ, ਲੋਕਾਂ ਦਾ ਸਾਥ ਕਿਹੋ ਜਿਹਾ ਮਿਲ ਰਿਹਾ? ਹਾਂਜੀ, ਆਪਣੇ ਔਖਾ ਤਾਂ ਹੁੰਦਾ ਜੀ, ਜਦੋਂ ਕੰਮਾਂ ਤੋਂ ਟਾਈਮ ਕੱਢਣਾ ਤਾਂ ਬਹੁਤ ਹਾਰਡ ਹੁੰਦਾ ਵਾ ਜੀ, ਪਰ ਸਾਡੇ ਵਲੰਟੀਅਰ, ਸਾਡੇ ਮੇਰੇ ਯਾਰ ਦੋ ਫਰੈਂਡ ਸਾਰੇ ਇਕੱਠੇ ਹੋ ਕੇ ਅਸੀਂ ਗਰੁੱਪ ਕੰਮ ਕਰਦੇ ਹਾਂ, ਪਰ ਜਦੋਂ ਕੋਈ ਵੀ ਕੰਮ ਅਸੀਂ ਆਪਾਂ ਧਾਰ ਲਈਏ ਔਖਾ ਨਹੀਂ ਲੱਗਦਾ ਜਦੋਂ ਕਰਨਾ ਹੋਵੇ, ਅਤੇ ਬਾਕੀ ਸਾਨੂੰ ਸਪੋਂਸਰ ਦਾ, ਸਾਡੇ ਜਿਹੜੇ ਫਰੈਂਡ ਜਾਂ ਜਿਹਦੇ ਕੋਲ ਗਏ ਕਿਸੇ ਨੇ ਜਵਾਬ ਨਹੀਂ ਦਿੱਤਾ, ਅਤੇ ਸਗਾਂ ਦੇ ਹੱਲਾਸ਼ੇਰੀ ਦਿੱਤੀ ਆ ਵੀ ਜੇ ਕਦੇ ਲੋੜ ਪਈ ਤਾਂ ਸਾਨੂੰ ਫਿਰ ਵੀ ਦੱਸ ਦਿਓ ਜੀ। ਬਿਲਕੁਲ ਰਿੰਪੀ ਜੀ, ਜਦੋਂ ਅਸੀਂ ਮੇਲੇ ਕਹਿੰਦੇ ਹਾਂ ਕਿ ਮੇਲੇ ਉਲੀਕਣੇ ਆ, ਹਾਂਜੀ, ਔਰ ਪੰਜਾਬ 'ਚ ਵੀ ਬਹੁਤ ਮੇਲੇ ਹੁੰਦੇ ਨੇ, ਇਹਨਾਂ ਮੁਲਕਾਂ 'ਚ ਵੀ ਬੜੇ ਮੇਲੇ ਹੁੰਦੇ ਨੇ ਜੀ, ਤੁਸੀਂ ਇਸ ਮੇਲੇ ਨੂੰ ਲੈ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਤੁਹਾਡੀ ਇਸ ਕੈਨੇਡਾ ਦੇ ਐਬਸਫੋਰਡ ਦੇ ਵਿੱਚ ਪਹਿਲੀ ਵਾਰੀ ਪਰਫਾਰਮੈਂਸ ਹੋ ਰਹੀ ਹੈ? ਨਹੀਂ, ਵੈਸੇ ਮੈਂ 96 ਦੀ ਆਉਂਦੀ ਹਾਂ ਮੈਡਮ ਜੀ, ਅਤੇ ਕਾਫੀ ਇੱਥੇ ਸ਼ੋਅ ਕੀਤੇ ਹੈਗੇ, ਬਹੁਤ ਅੱਛਾ ਰਿਸਪੋਂਸ ਮਿਲਦਾ, ਬਹੁਤ ਭੈਣਾਂ ਦਾ ਪਿਆਰ ਮਿਲਦਾ, ਅਤੇ ਇੰਡੀਆ ਵਿੱਚ ਵੀ ਸਾਨੂੰ ਇੱਦਾਂ ਹੀ ਪਿਆਰ ਮਿਲਦਾ ਜਿੱਦਾਂ ਇੱਥੇ ਮਿਲਦਾ ਜੀ। ਔਰ ਇਸ ਮੇਲੇ ਦੇ ਉੱਤੇ ਤੁਸੀਂ ਖਾਸ ਤਿਆਰੀ ਕੀਤੀ, ਕੋਈ ਗੀਤ ਖਾਸ ਜਿਹੜੇ ਸਾਡੇ ਦਰਸ਼ਕਾਂ ਲਈ ਤੁਸੀਂ ਕੀਤੇ ਹੈਗੇ ਆ ਤਿਆਰ, ਕੋਈ ਸਾਨੂੰ ਇੱਕ ਦੋ ਬੋਲ ਉਹਨਾਂ ਦੇ ਸੁਣਾਓਗੇ? ਕੁਛ ਨਵੇਂ ਕੁਛ ਪੁਰਾਣੇ ਗੀਤ ਲੈ ਕੇ ਆਵਾਂਗੇ ਤੁਹਾਡੇ, ਅਸੀਂ ਇੱਕ ਨਵਾਂ ਗੀਤ ਕੀਤਾ ਜੀ, ਉਹਦੀਆਂ ਚੰਦ ਲਾਈਨਾਂ ਤੁਹਾਨੂੰ ਸੁਣਾਉਂਦੇ ਹਾਂ ਜੀ। ਬਿਲਕੁਲ। ਉਹ ਇਸ਼ਕ ਹਕੀਕੀ ਵਿੱਚ ਪੜਦੇ ਹਜ਼ਾਰ ਵੇ, ਉਹ ਪਾਈ ਦਾ ਨੀ ਰੌਲਾ ਏਦਾਂ ਹੁੰਦੇ ਨਾ ਪਿਆਰ ਵੇ, ਜਿਹੜੇ ਉੱਤੋਂ ਉੱਤੋਂ ਹੋਣ ਖੰਡ ਮਿਸ਼ਰੀ,
ਜਿਹੜੇ ਉੱਤੋਂ ਉੱਤੋਂ ਹੋਣ ਖੰਡ ਮਿਸ਼ਰੀ ਉਹ ਅੰਦਰ ਕਟਾਰ ਹੁੰਦੇ ਆ। ਉਹ ਗੱਲ ਪੜਦੇ ਦੀ ਦੱਸੀਏ ਨਾ ਯਾਰਾਂ ਨੂੰ, ਯਾਰਾਂ ਦੇ ਅੱਗੇ ਹੀ ਯਾਰ ਹੁੰਦੇ ਆ। ਉਹ ਗੱਲ ਪੜਦੇ ਦੀ ਦੱਸੀਏ ਨਾ ਯਾਰਾਂ ਨੂੰ, ਯਾਰਾਂ ਦੇ ਅੱਗੇ ਹੀ ਯਾਰ ਹੁੰਦੇ ਆ। ਵਾਹ ਜੀ ਵਾਹ, ਬੜੀ ਵਧੀਆ। ਆ ਜਿਹੜੇ ਲੋਕ ਤੱਤ ਹੁੰਦੇ ਆ ਜਾਂ ਜਿਹੜੇ ਇਹੋ ਜਿਹੇ ਗੀਤ ਹੁੰਦੇ ਜਿਨ੍ਹਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਹੁੰਦਾ, ਹਾਂਜੀ ਹਾਂਜੀ, ਔਰ ਗੀਤ ਦੇ ਵਿੱਚ ਗੱਲਾਂ ਦੇ ਵਿੱਚ ਮੈਸੇਜ ਦੇਣਾ, ਇਹੋ ਜਿਹੇ ਗੀਤਾਂ ਨੂੰ ਬੜਾ ਦਮਦਾਰ ਆਵਾਜ਼ ਦੇ ਨਾਲ ਗਾਉਣ ਦੀ ਲੋੜ ਪੈਂਦੀ ਆ। ਹਾਂਜੀ, ਔਰ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ, ਆਪਣੇ ਪਿਛੋਕੜ ਬਾਰੇ ਸਾਨੂੰ ਦੱਸੋ। ਹਾਂਜੀ, ਮੈਂ ਆਪਣੇ ਪਿਛੋਕੜ ਬਾਰੇ ਦੱਸਦੀ ਹਾਂ ਜੀ। ਮੇਰਾ ਜਨਮ ਪਿੰਡ ਜੰਡੂ ਸਿੰਘਾ, ਜ਼ਿਲ੍ਹਾ ਜਲੰਧਰ ਵਿੱਚ ਹੋਇਆ ਸੀਗਾ। ਤਾਂ ਮੇਰੇ ਪੇਰੈਂਟਸ ਰਹਿੰਦੇ ਹੈਗੇ ਫਗਵਾੜੇ, ਤਾਂ ਮੇਰੇ ਸਹੁਰੇ ਅੰਮ੍ਰਿਤਸਰ ਆ ਜੀ। ਪੰਜਾਬ ਦੇ ਵਿੱਚੋਂ ਇਹ ਰੌਣਕ ਮੇਲਾ ਸੱਭਿਆਚਾਰ ਕਿਸੇ ਹੱਦ ਤੱਕ ਮੁੱਕਦਾ ਜਾ ਰਿਹਾ? ਪੰਜਾਬ ਵਿੱਚ ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ ਵਾ ਅੱਗੇ ਨਾਲੋਂ। ਜਿੱਦਾਂ ਇੱਥੇ ਇੰਨਾ ਪਿਆਰ ਮਿਲਦਾ, ਮੈਂ ਦੱਸ ਨਹੀਂ ਤੁਹਾਨੂੰ ਸਕਦੀ ਵੀ ਅਸੀਂ ਕਾਫੀ ਸ਼ੋਅ ਕੀਤੇ, ਕਾਫੀ ਵਾਰ ਮੈਂ ਆਈ ਹਾਂ, ਪਰ ਬਹੁਤ ਜ਼ਿਆਦਾ ਇਕੱਠ ਹੁੰਦਾ ਅਤੇ ਉੱਥੇ ਵੀ ਹੁਣ ਮੇਲੇ ਇੱਦਾਂ ਦੇ ਹੋਣ ਲੱਗ ਗਏ ਆ। ਬਹੁਤ ਅੱਛਾ ਰਿਸਪੋਂਸ ਮਿਲਦਾ ਦੋਨੇ ਪਾਸੇ ਜੀ, ਬਿਲਕੁਲ ਜੀ, ਪਿਆਰ ਮਿਲਦਾ। ਹਾਂਜੀ ਬਿਲਕੁਲ। ਹਰਜੋਤ ਜੀ, ਜਦੋਂ ਅਸੀਂ ਮੇਲਿਆਂ ਦੀ ਗੱਲ ਕਰਦੇ ਹਾਂ ਕਿ ਮੇਲੇ ਔਰਗੇਨਾਈਜ਼ ਕੀਤੇ ਜਾਂਦੇ ਆ, ਪ੍ਰਬੰਧਕ ਹੁੰਦੇ ਆ, ਔਰ ਤੁਸੀਂ ਦੱਸਿਆ ਕਿ 100-150 ਤੁਹਾਡੀ ਕਲੱਬ ਦੇ ਮੈਂਬਰ ਨੇ ਜਿਹੜੇ ਸਾਰੇ ਤੁਹਾਡੇ ਦੋਸਤ ਆ, ਜਿਹੜੇ ਨਾਲ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਆ, ਔਰ ਤੁਸੀਂ ਖੇਡਾਂ ਨੂੰ ਵੀ ਪ੍ਰਮੋਟ ਕਰ ਰਹੇ ਆ ਜਿਹਦੇ ਵਿੱਚ ਬੱਚਿਆਂ ਦੀਆਂ ਹੋਣਗੀਆਂ, ਬਜ਼ੁਰਗਾਂ ਦੀਆਂ ਵੀ ਖੇਡਾਂ ਹੋਣਗੀਆਂ, ਔਰ ਇਸ ਦੀ ਕੋਈ ਫੀਸ ਵਗੈਰਾ ਵੀ, ਟਿਕਟ ਵੀ ਰੱਖੀ ਹੈ ਮੇਲੇ ਦੀ? ਨਹੀਂ, ਮੇਲੇ ਦੀ ਕੋਈ ਟਿਕਟ ਨਹੀਂ ਗੀ ਜੀ, ਇਹ ਫ੍ਰੀ ਮੇਲਾ। ਇਹਦੇ ਵਿੱਚ ਮੈਂ ਤੁਹਾਨੂੰ ਹੋਰ ਐਡ ਕਰ ਦੇਣਾ ਚਾਹੁੰਦਾ, ਇਹਦੇ ਵਿੱਚ ਨਾ ਇੰਡੀਆ ਦੀਆਂ 2 ਰਿਟਰਨ ਟਿਕਟਾਂ ਆਪਾਂ ਕੱਢਣੀਆਂ ਡਰਾਅ ਜੀ। ਸੋ ਤੁਹਾਡੇ ਕਹਿਣ ਤੋਂ ਮਤਲਬ ਕਿ 2 ਟਿਕਟਾਂ ਦਾ ਡਰਾਅ ਕੱਢਣਾ? ਡਰਾਅ ਕੱਢਣਾ, ਹਾਂਜੀ। ਪਰ ਇਹਦੀ ਕੋਈ ਟਿਕਟ ਨਹੀਂ, ਐਂਟਰੀ ਫੀਸ ਨਹੀਂ? ਕੋਈ ਐਂਟਰੀ ਫੀਸ ਨਹੀਂ ਜੀ, ਬਿਲਕੁਲ ਫ੍ਰੀ ਮੇਲਾ ਵਾ ਜੀ। ਤੇ ਫਿਰ ਇਹਦਾ ਡਰਾਅ ਕਿਵੇਂ ਕੱਢਿਆ ਜਾਊਗਾ? ਇਹ ਡਰਾਅ ਸਾਡੇ ਸਪੌਂਸਰ ਸੀਗੇ ਜੀ, ਉਹ ਕਹਿੰਦੇ ਵੀ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਆ। ਉਹਨਾਂ ਨੇ ਮਿਡ ਵੈਲੀ ਇੰਸ਼ੋਰੈਂਸ ਦੇ ਸਪੌਂਸਰ ਆ ਸਾਡੇ, ਉਹਨਾਂ ਨੇ 2 ਇੰਡੀਆ ਦੀਆਂ ਰਿਟਰਨ ਟਿਕਟਾਂ ਅਤੇ ਪਲੱਸ 2 ਆਈਪੈਡ ਕੱਢਣੇ ਨੇ। ਉਹ ਉੱਥੇ ਉਹਨਾਂ ਦਾ ਬੂਥ ਲੱਗਿਆ ਹੋਊਗਾ, ਉਹਦੇ ਵਿੱਚ ਆਪਾਂ ਹਰੇਕ ਜਿਹਨੇ ਵੀ ਜਾਣਾ ਮੇਲੇ 'ਚ ਉਹਨੇ ਡਰਾਅ ਪਾ ਦੇਣਾ, ਅਤੇ ਐਂਡ 'ਤੇ ਲਾਸਟ ਵਿੱਚ ਸਟੇਜ ਤੋਂ ਸ਼ਾਮ ਨੂੰ ਆਪਾਂ ਉੱਥੇ ਡਰਾਅ ਕੱਢ ਅਨਾਊਂਸ, ਜਿਹੜਾ ਉਹਨਾਂ ਦਾ ਬੂਥ ਲੱਗਿਆ ਹੋਊਗਾ, ਉਹਨਾਂ ਨੇ ਆਪਣਾ ਸਟੈਂਡ ਲਾਇਆ, ਉੱਥੇ ਜਾ ਕੇ ਕੋਈ ਵੀ ਆਪਣਾ ਨਾਮ ਪਾ ਸਕਦਾ? ਕੋਈ ਵੀ ਪਾ ਸਕਦਾ, ਕੋਈ ਫੀਸ ਨਹੀਂ, ਕੋਈ ਚਾਰਜ ਨਹੀਂ। ਬੜੀ ਵਧੀਆ ਗੱਲ ਹੈ ਜੀ, 2 ਟਿਕਟਾਂ ਇੰਡੀਆ ਦੀਆਂ ਤੁਸੀਂ ਕਹਿ ਰਹੇ ਹੋ, ਪਰ ਚੰਗੀ ਗੱਲ ਹੈ ਜੀ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਅਤੇ ਵਾਪਸ ਆ ਕੇ ਅਸੀਂ ਇੰਡੀਆ ਦੀਆਂ ਟਿਕਟਾਂ ਦੀ ਗੱਲ ਕਰਾਂਗੇ ਕਿ ਇੰਡੀਆ ਦੀਆਂ ਟਿਕਟਾਂ ਤੁਸੀਂ ਕਿੰਝ ਜਿੱਤ ਸਕਦੇ ਹੋ। ਸੋ ਜੁੜੇ ਰਹੋ ਜੀ ਤੁਸੀਂ ਆਪਣਾ ਟੀਵੀ ਦੇ ਨਾਲ।